ਸਤਿ ਸ਼੍ਰੀ ਅਕਾਲ ਜੀ, ਮਨਰਾਜ ਸਿੱਧੂ ਵਲੋਗ ਵਿੱਚ ਤੁਹਾਡਾ ਸਵਾਗਤ ਹੈ। ਲਓ ਜੀ, ਅੱਜ ਟਾਈਮ ਹੋ ਗਿਆ ਸ਼ਾਮ ਦੇ 6:30 ਦਾ, ਅਤੇ ਆਪਾਂ ਅੱਜ ਇੱਕ ਵਲੋਗ ਦਾ ਐਂਡ ਕਰ ਲਿਆ ਸੀਗਾ, ਪੋਇਟਰੀ ਫਾਰਮ 'ਤੇ ਜਿਹੜਾ ਵਲੋਗ ਬਣਾਇਆ, ਉਸ ਤੋਂ ਬਾਅਦ ਦੂਜਾ ਵਲੋਗ ਸ਼ੁਰੂ ਕਰ ਲਿਆ। ਥੋੜ੍ਹਾ ਜਿਹਾ ਟਾਈਮ ਵੇਖੋ ਫ੍ਰੀ ਸੀਗਾ, ਮੈਂ ਕਿਹਾ ਚਲੋ ਵਲੋਗ ਸ਼ੁਰੂ ਕਰ ਲੈਂਦੇ ਹਾਂ, ਨਾਲੇ ਤੁਹਾਡੇ ਨਾਲ ਜਿਹੜਾ ਸ਼ਾਮ ਦਾ ਰੂਟੀਨ ਹੈ ਉਹ ਸ਼ੇਅਰ ਕਰ ਦਿੰਦੇ ਹਾਂ। ਅਤੇ ਹਾਂਜੀ, ਤੁਸੀਂ ਪੋਇਟਰੀ ਫਾਰਮ ਦੇ ਵਲੋਗ ਨੂੰ ਬਹੁਤ ਪਿਆਰ ਦਿੰਦੇ ਹਾਂ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਅਤੇ ਕੋਸ਼ਿਸ਼ ਕਰਿਆ ਕਰਾਂਗੇ ਕਿ ਆਪਾਂ ਪੋਇਟਰੀ ਫਾਰਮ ਦੇ ਵਲੋਗ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਸ਼ੇਅਰ ਕਰੀਏ, ਪਰ ਥੋੜ੍ਹਾ ਜਿਹਾ ਟਾਈਮ ਜਿਹੜਾ ਆ, ਜਿਹੜਾ ਬਿਜ਼ੀ ਸ਼ੈਡਿਊਲ ਕਰਕੇ ਮੈਂ ਬਣਾ ਨਹੀਂ ਪਾਉਂਦੀ ਪੋਇਟਰੀ ਫਾਰਮ 'ਤੇ। ਪਰ ਜਿਹੜਾ ਵੀ ਪੋਇਟਰੀ ਫਾਰਮ ਦਾ ਮੈਂ ਵਲੋਗ ਤੁਹਾਡੇ ਨਾਲ ਸ਼ੇਅਰ ਕਰਾਂ, ਜ਼ਰੂਰ ਦੇਖਿਆ ਕਰੋ ਸਾਰੇ, ਅਤੇ ਸਾਰੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਜੀ। ਲਓ ਜੀ, ਹੁਣ ਸ਼ਾਮ ਦਾ ਟਾਈਮ ਹੋ ਗਿਆ ਅਤੇ ਆਪਣਾ ਵਲੋਗ ਸ਼ੁਰੂ ਹੋ ਗਿਆ, ਅਤੇ ਕੁਛ ਸ਼ਾਮ ਦੇ ਜਿਹੜੇ ਰੂਟੀਨ ਵਰਕ ਹੈ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਆਪਾਂ। ਲਓ ਜੀ, ਇੱਧਰ ਮੈਂ ਬਣਾ ਰਹੀ ਹਾਂ ਪਨੀਰ, ਦੁੱਧ ਉਬਾਲ ਕੇ ਉਸ ਵਿੱਚ ਪਾ ਲਿਆ ਸਿਰਕਾ, ਅਤੇ ਹੁਣ ਜਿਹੜੇ ਪੱਕਣਾ ਸ਼ੁਰੂ ਹੋ ਗਿਆ, ਅਤੇ ਇਸ ਤੋਂ ਬਾਅਦ ਇਸ ਨੂੰ ਮੈਂ ਚੰਗੀ ਤਰ੍ਹਾਂ ਠੰਡੇ ਪਾਣੀ ਨਾਲ ਧੋ ਕੇ ਸੁੱਤੀ ਕੱਪੜੇ 'ਚ ਪਾ ਕੇ, ਅਤੇ ਉੱਤੇ ਦੇ ਜਿਹੜੀ ਭਾਰ ਵੀ ਵਧੀਆ ਪਨੀਰ ਬਣ ਜੂਗਾ। ਤੂੜੀ ਦੀ ਟਰਾਲੀ ਆ ਗਈ ਆ ਜੀ, ਇੱਧਰ ਤੂੜੀ ਆ ਗਈ ਅੱਜ ਬਣ ਕੇ, ਅਤੇ ਕੁਛ ਰਾਜਿੰਦਰ ਨੇ ਲਾਹਤੀ ਆ, ਹੁਣ ਅੱਗੇ ਕਰ ਰਹੇ ਹਾਂ। ਅਤੇ ਕਮਰੇ ਦੇ ਬਾਹਰ ਹੀ ਆ, ਅਤੇ ਕੁਛ ਅੰਦਰ ਵੀ ਕਰਨੀ ਆ ਇਸਨੂੰ, ਫਿਰ ਹੋਰ ਟਰਾਲੀਆਂ ਆਉਣਗੀਆਂ, ਫਿਰ ਸੌਖੀਆਂ ਲਾਹ ਹੋ ਜਾਂਦੀਆਂ। ਇੱਧਰ ਉਹਦੀ ਲਾਈਟ ਉੱਥੇ ਲਾਓ ਨਾ, ਮੈਂ ਤੋੜਨ ਲੱਗੀ ਸੀ ਭਿੰਡੀਆਂ, ਹੁਣ ਇੱਕ ਦਿਨ ਪਾਣੀ ਪਾਉਣ ਤੋਂ ਬਾਅਦ ਤੀਜੇ ਦਿਨ ਭਿੰਡੀਆਂ ਲੱਗ ਜਾਂਦੀਆਂ। ਹੈ ਤਾਂ ਛੋਟੇ ਛੋਟੇ ਬੂਟੇ ਜੀ। ਹੁਣ ਮੈਂ ਧੋਣ ਲੱਗੀ ਹਾਂ ਕੱਪੜੇ, ਬੇਸਣ ਦੇ ਚਿੱਲੇ ਵਾਲਾ ਹੁਣ ਦਹੀਂ ਬਣਾ ਲਿਆ, ਬੇਸਣ ਦਾ ਚਿੱਲਾ ਬਣਾ ਕੇ ਪਾ ਲਿਆ। ਹੁਣ ਦੁਪਹਿਰ ਦੇ 2:30 ਵੱਜ ਗਏ ਆ, ਅਤੇ ਚਾਹ ਪੀ ਲਈ ਆ ਦੁਪਹਿਰ ਦੀ, ਅਤੇ ਹੁਣ ਮੈਂ ਲੱਗੀ ਹਾਂ ਕਾਬਲੀ ਛੋਲੇ ਅਤੇ ਪਨੀਰ ਦੀ ਸਬਜ਼ੀ ਬਣਾਉਣ ਵਾਸਤੇ। ਪਨੀਰ ਰਾਤ ਹੀ ਮੈਂ ਬਣਾ ਕੇ ਫਰਿੱਜ ਦੇ ਵਿੱਚ ਰੱਖਤਾ ਸੀਗਾ, ਕਿਉਂਕਿ ਸਵੇਰੇ ਸਵੇਰੇ ਫਿਰ ਹੋਰ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਆ, ਅਤੇ ਇੰਨਾ ਟਾਈਮ ਨਹੀਂ ਹੁੰਦਾ, ਫਿਰ ਉਹਦੀਆਂ ਟਿੱਕੀਆਂ ਵੀ ਨਹੀਂ ਬਣਦੀਆਂ ਨਾ ਪੂਰੀ ਤਰ੍ਹਾਂ, ਜਮਾਇਆ ਨਹੀਂ ਜਾ ਸਕਦਾ, ਅਤੇ ਇਸ ਕਰਕੇ ਮੈਂ ਰਾਤ ਹੀ ਬਣਾ ਕੇ ਫਰਿੱਜ 'ਚ ਸਟੋਰ ਕਰਤਾ ਸੀਗਾ। ਅਤੇ ਹੁਣ ਮੈਂ ਪਹਿਲਾਂ ਸਭ ਤੋਂ ਪਹਿਲਾਂ ਲਸਣ ਪਿਆਜ਼ ਦਾ ਮਸਾਲਾ ਤਿਆਰ ਕਰਦੀ ਹਾਂ, ਉਸ ਤੋਂ ਬਾਅਦ ਲਾਉਂਗੀ ਸਬਜ਼ੀ ਨੂੰ ਤੜਕਾ, ਬਣੇ ਰਹੋ ਵਲੋਗ ਦੇ ਵਿੱਚ। ਲਓ ਜੀ, ਇੱਥੇ ਮੈਂ ਕਿਚਨ ਦੇ ਕੰਮ ਕਰ ਲਏ ਸੀਗੇ। ਕਿਚਨ ਦੇ ਦੁਪਹਿਰ ਨੂੰ 3-4 ਮੇਨ ਕੰਮ ਹੁੰਦੇ ਆ, ਜਿਵੇਂ ਕਿ ਸਬਜ਼ੀ ਬਣਾਉਣੀ, ਜਾਂ ਫਿਰ ਜਿਹੜੇ ਚਾਹ ਵਾਲੇ ਭਾਂਡੇ ਉਹ ਸਾਫ਼ ਕਰਨੇ, ਜਾਂ ਫਿਰ ਜਿਵੇਂ ਦੁੱਧ ਵਗੈਰਾ ਸੰਭਾਲਣਾ ਵੀ, ਜਿਹੜਾ ਸ਼ਾਮ ਨੂੰ ਗਰਮ ਕਰਨਾ, ਜਾਂ ਮੈਂਗੋ ਸ਼ੇਕ ਬਣਾਉਣਾ, ਮਲਾਈ ਵਗੈਰਾ ਰਿੜਕਣੇ 'ਚ ਪਾਉਣੀ ਹੈ, ਇਹ ਸਾਰੇ ਕੰਮ ਹੁੰਦੇ 3-4 ਕੁ। ਇੰਨਾ ਵੀ ਹਜੇ ਤੱਕ ਕਿਚਨ ਦੇ ਵਿੱਚ ਇੰਨੀ ਗਰਮੀ ਨਹੀਂ ਹੁੰਦੀ, ਪਰ ਥੋੜ੍ਹੇ ਦਿਨਾਂ 'ਤੇ ਗਰਮੀ ਬਹੁਤ ਹੋਣ ਲੱਗ ਜਾਣੀ ਆ, ਇਸ ਕਰਕੇ ਹਜੇ ਪੱਖਾ ਵੀ ਨਹੀਂ ਰੱਖਿਆ ਗਾ ਉੱਥੇ। ਅਤੇ ਉਸ ਤੋਂ ਬਾਅਦ ਮੈਂ ਆ ਗਈ ਸੀਗੀ ਰੂਮ ਦੇ ਵਿੱਚ, ਇੱਥੇ ਜਿਹੜੇ ਕੱਪੜੇ ਪ੍ਰੈਸ ਕਰਨ ਵਾਲੇ ਸੀਗੇ ਉਹ ਤੈਅ ਲਾ ਕੇ ਰੱਖੇ ਹੋਏ ਸੀਗੇ, ਮੈਂ ਕਿਹਾ ਚਲੋ ਮੇਰੇ ਕੋਲ ਜ਼ਿਆਦਾ ਟਾਈਮ ਤਾਂ ਹੈ ਨਹੀਂ ਸੀ, 15-20 ਮਿੰਟ ਦਾ ਟਾਈਮ ਹੈ, ਅਤੇ ਉਨੇ 'ਚ ਜਿੰਨੇ ਕੁ ਹੋ ਜਾਣਗੇ ਉਨੇ ਮੈਂ ਕਰ ਲੈਂਦੀ ਹਾਂ, ਕਿਉਂਕਿ ਬਹੁਤ ਜ਼ਿਆਦਾ ਇਕੱਠੇ ਹੋ ਜਾਣਾ ਫਿਰ ਔਖਾ ਜਿਹਾ ਕੰਮ ਲੱਗਦਾ ਆ। ਵੈਸੇ ਵੀ ਇਹ ਜਿਹੜੇ ਕੋਟਨ ਦੇ ਕੱਪੜੇ ਆ, ਇਹਨਾਂ ਦੇ ਵਲ ਬੜਾ ਹੌਲੀ ਹੌਲੀ ਨਿਕਲਦੇ ਆ, ਇਸ ਕਰਕੇ ਮੈਂ ਕਿਹਾ ਚਲੋ ਜਿੰਨੇ ਹੋ ਜਾਣਗੇ ਵਧੀਆ ਹੀ ਆ, ਕੰਮ ਨਿਬੜ ਜੂਗਾ, ਕਿਉਂਕਿ ਉਸ ਤੋਂ ਬਾਅਦ ਹੋ ਜਾਣਾ ਟਿਊਸ਼ਨ ਦਾ ਟਾਈਮ,
ਟਿਊਸ਼ਨ ਤੋਂ ਬਾਅਦ ਤਾਂ ਫਿਰ ਵੈਸੇ ਵੀ 6 ਵਜੇ ਦਾ ਟਾਈਮ ਹੋ ਜਾਂਦਾ, ਸ਼ਾਮ ਨੂੰ ਪਸ਼ੂਆਂ ਵਗੈਰਾ ਦਾ ਕੰਮ, ਹੋਰ ਕਿਚਨ ਦੇ ਕੰਮ ਉਹ ਹੋ ਜਾਂਦੇ ਆ। ਇਸ ਕਰਕੇ ਬਸ ਆਹ 15-20 ਮਿੰਟ ਦਾ ਜਿਹੜਾ ਮੈਂ ਯੂਜ਼ ਕਰ ਰਹੀ ਸੀ ਕੱਪੜੇ ਪ੍ਰੈਸ ਕਰਨ ਵਾਸਤੇ, ਵੀ ਹੁਣ ਗਰਮੀ ਘੱਟ ਹੈ ਤਾਂ ਕਰਕੇ ਵੀ ਸੌਖਾ ਲੱਗਦਾ, ਜਦੋਂ ਤਾਂ ਗਰਮੀ ਵੱਧ ਹੋ ਜਾਵੇ ਉਦੋਂ ਤਾਂ ਪ੍ਰੈਸ ਲਾਉਣ ਨੂੰ ਜੀ ਨਹੀਂ ਕਰਦਾ ਗਾ। ਗਰਮੀ ਦੇ ਵਿੱਚ ਨਾ ਤਾਂ ਕਿਚਨ ਦਾ ਕੰਮ ਕਰਨ ਨੂੰ ਜੀ ਕਰਦਾ ਆ, ਹੈ ਨਾ। ਜਦੋਂ ਠੰਡ ਹੁੰਦੀ ਆਪਾਂ ਐਂ ਕਰਦੇ ਰਹਿੰਦੇ ਵੀ ਬਹੁਤ ਠੰਡ ਹੈ, ਬਹੁਤ ਜ਼ਿਆਦਾ ਠੰਡ ਹੈ, ਕੰਮ ਨਹੀਂ ਨਿਬੜਦਾ। ਹੁਣ ਐਂ ਲੱਗਦਾ ਵੀ ਹਾਏ ਨਹੀਂ ਗਰਮੀ ਆ ਜਾਊਗੀ, ਹਜੇ ਚੱਲ ਥੋੜ੍ਹੀ ਹੈ ਵੀ ਬਹੁਤ ਜ਼ਿਆਦਾ ਗਰਮੀ ਆ ਜਾਣੀ ਹੈ। ਫਿਰ ਇਹ ਜਿਹੜੇ ਸੇਕ ਵਾਲੇ ਕੰਮ ਕਰਨੇ ਬੜੇ ਔਖੇ ਜਿਹੇ ਲੱਗਦੇ ਆ, ਜਿਵੇਂ ਗੈਸ ਦੇ ਕੋਲ ਕੰਮ ਕਰਨਾ, ਹੈ ਨਾ, ਚੁੱਲ੍ਹੇ ਦੇ ਕੋਲ ਕੰਮ ਕਰਨਾ ਜਾਂ ਪ੍ਰੈਸ ਵਾਲਾ ਕੰਮ ਕਰਨਾ, ਇਹ ਗਰਮੀ ਦੇ ਵਿੱਚ ਬੜੇ ਔਖੇ ਜਿਹੇ ਲੱਗਦੇ ਆ। ਚਲੋ ਜੇ ਜਾਂ ਮੌਸਮ ਆਊਗਾ ਦੇਖੀ ਜਾਊਗਾ, ਠੰਡ ਤਾਂ ਟੱਪ ਗਈ ਹੁਣ, ਆਉਣ ਵਾਲੀ ਆ ਗਰਮੀ, ਜਦੋਂ ਆਊਗੀ ਉਦੋਂ ਮੁਸੀਬਤ ਦਾ ਸਾਹਮਣਾ ਕਰਾਂਗੇ। ਫਿਲਹਾਲ ਤਾਂ ਜਿਵੇਂ ਹੁਣ ਮੌਸਮ ਜਿਵੇਂ ਠੀਕ ਜਾਇਆ, ਕਿਉਂਕਿ ਹਵਾ ਜੀ ਚੱਲਦੀ ਰਹਿੰਦੀ ਹੈ, ਜ਼ਿਆਦਾ ਗਰਮੀ ਤਾਂ ਨਹੀਂ ਲੱਗਦੀ ਗੀ ਹਜੇ। ਲਓ ਜੀ, ਸ਼ਾਮ ਦਾ ਟਾਈਮ ਹੋ ਗਿਆ ਅਤੇ ਬੱਚਿਆਂ ਨੇ ਵਰਕ ਕਰ ਲਿਆ ਆਪਦਾ, ਕਲਾਸ ਵਰਕ ਵੀ ਅਤੇ ਹੋਮਵਰਕ ਵੀ ਲੈ ਲਿਆ, ਅਤੇ ਹੁਣ ਥੋੜ੍ਹਾ ਜਿਹਾ ਆਪਾਂ ਬਣਾ ਰਹੇ ਹਾਂ ਵਲੌਗ। ਅਤੇ ਇਹਨੇ ਕੀ ਬਣਾਇਆ, ਸਕੈਚ ਨੂੰ ਸ਼ੋਪ ਕਰਕੇ ਬਣਾਇਆ ਨਾ, ਸਪਰਿੰਗ ਬਣ ਗਿਆ। ਇੱਧਰੋਂ ਕੈਮਰਾ ਥੋੜ੍ਹਾ ਕਾਲਾ ਆ ਰਿਹਾ। ਹਾਂਜੀ ਬੱਚਾ, ਦੱਸੋ ਤੁਸੀਂ ਕੀ ਗੇਮ ਖੇਡਦੇ ਹੋ ਸਕੂਲੇ? ਘੁੰਮ ਗਿਆ ਕੈਮਰਾ। ਕਬੱਡੀ ਖੇਲਤੀ ਹੈ, ਖੇਲਣੀ ਆਤੀ ਕਬੱਡੀ? ਔਰ ਕੌਣ ਸੀ ਖੇਲਤੇ ਬੜੇ ਬੱਚੇ ਕਿਆ ਖੇਲਤੇ ਹੈ? ਔਰ ਜੁਡੋ ਹੈ, ਠੀਕ ਹੈ। ਔਰ ਗੀਟੇ ਵਗੈਰਾ ਨਹੀਂ ਕੋਈ ਖੇਲਦਾ? ਕੋਈ ਨਹੀਂ ਖੇਲਦਾ ਗੀਟੇ? ਖੇਲ ਲੈਂਦੇ ਹੈ? ਮੈਂ ਜਦੋਂ ਛੋਟੀ ਹੁੰਦੀ ਸੀ ਨਾ, ਮੈਂ ਬਹੁਤ ਖੇਲਦੀ ਹੁੰਦੀ ਸੀ, ਮੇਰੇ ਇੱਥੋਂ ਹੱਥ ਉਂਗਲੀਆਂ ਘਾ ਜਾਂਦੀਆਂ ਸੀ ਗੀਟੇ ਖੇਲ ਖੇਲ ਕੇ। ਬੱਚੀ ਜਗ੍ਹਾ ਹੁੰਦੀ ਸੀ, ਚੈਸ, ਠੀਕ ਹੈ। ਔਰ ਕੋਈ ਕਿਸੇ ਦਾ ਗੇਮ ਰਹਿ ਗਿਆ? ਬਾਂਦਰ ਕਿੱਲਾ ਕਿਵੇਂ ਖੇਲਦੇ ਆ? ਰੁਮਾਲ ਰੱਖ ਕੇ ਵੀ ਖੇਲਦੇ ਹੁੰਦੇ ਥੇ ਨਾ, ਰੁਮਾਲ ਰੱਖ ਕੇ ਵੀ, ਇੱਕ ਰੁਮਾਲ ਵਾਲਾ ਚੱਪਲ ਖੇਲਦੇ, ਇੱਕ ਰੁਮਾਲ ਵਾਲਾ ਖੇਲਦੇ।
ਬਹੁਤ ਅੱਛਾ ਹੁੰਦਾ ਤਾਂ ਨਾ ਪਹਿਲੇ ਪਹਿਲਾਂ ਟਾਈਮ ਅਵਲਾ ਤਾਂ ਕੁਛ ਨਹੀਂ ਖਿਲਾ ਫੇਕ ਹੀ ਹੈ ਸਹੀ ਬਾਤ ਹੈ ਪਹਿਲੇ ਤਾਂ ਖੇਡਦੇ ਤੇ ਬਹੁਤ ਮਜ਼ਾ ਆਉਂਦਾ ਥਾ ਬਕਰੀ ਕਾ ਖੇਲ ਬਤਾ ਗੋਲ ਕੇ ਚਿਹਰਾ ਹੋਤਾ ਫਿਰ ਇੱਕ ਬਕਰੀ ਹੋਤੀ ਹੈ ਜੋ ਅੰਦਰ ਆ ਜਾਤੀ ਹੈ ਸ਼ੇਰ ਕੋ ਅੰਦਰ ਆਨੇ ਦੇਤੇ ਔਰ ਜਬ ਬਕਰੀ ਬਾਹਰ ਚਲੀ ਜਾਤੀ ਹੈ ਔਰ ਫਿਰ ਸ਼ੇਰ ਕੋ ਨਹੀਂ ਬਾਹਰ ਜਾਣੇ ਦੇਤੇ ਅਭੀ ਸ਼ੇਰ ਖਾ ਜਾਏਗਾ ਸਭੀ ਕੋ ਨਾ ਠੀਕ ਹੈ ਸਹੀ ਬਕਰੀ ਕੋ ਨਹੀਂ ਅੰਦਰ ਚਲੀ ਜਾਤੀ ਹੈ ਔਰ ਕੌਨ ਸਾ ਗੇਮ ਹੈ ਬੰਦਰ ਕਿਲੇ ਹੋ ਗਏ ਹਾਂ ਲੁਕਾ ਛਿਪੀ ਕਾ ਬਿੱਲੀ ਵਾਲਾ ਕੌਨ ਸਾ ਹੋਤਾ ਹੈ ਅੱਛਾ ਵੀ ਜੋ ਬਿੱਲੀ ਕੀ ਤਰ੍ਹਾਂ ਬੋਲਣ ਲੱਗ ਗਿਆ ਉਸਕੇ ਟਰਨ ਹੱਸਣਾ ਨਹੀਂ ਹੈ ਉਸਕੇ ਇੱਕ ਸਟੈਚੂ ਵਾਲਾ ਸਹੀ ਹੈ ਉਹ ਬਣ ਜਾਂਦਾ ਹਾਂ ਇਹ ਤਾਂ ਦੂਸਰੇ ਗੇਮ ਆ ਗਏ ਨਾ ਇਹ ਕੌਣ ਸਾ ਪਹਿਲ ਬਹੁਤ ਖੇਲਦੇ ਥੇ ਜੋ ਐਸੇ ਖਾਨੇ ਬਣਾ ਕੇ ਹਨ ਹਾਂ ਵਹੀ ਖਾਨਾ ਡਿਕਰੀ ਪਹਿਲ ਚਲੋ ਜੀ ਕਰੀਏ ਜੀ ਬੱਚੇ ਟਿਊਸ਼ਨ ਪੜ੍ਹ ਕੇ ਜਾ ਚੁੱਕੇ ਆ ਅਤੇ ਹੁਣ ਆਪਾਂ ਵੀ ਵਲੋਗ ਦਾ ਕਰਦੇ ਐਂਡ ਕਰਦੇ ਹਾਂ ਸ਼ਾਮ ਦੇ ਰੂਟੀਨ ਦੇ ਕੰਮ ਅਤੇ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਿਆ ਹੋਵੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਠੀਕ ਹੈ ਜੀ ਮਿਲਾਂਗੇ ਕੱਲ੍ਹ ਇੱਕ ਨਵੇਂ ਵਲੋਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ